ਬਹੁਤ ਹੀ ਇਤਿਹਾਸਕ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜਿਹਨਾਂ ਨੇ ਦਹਾਕਿਆਂ ਵਧੀ ਇਸ ਧਰਤੀ ਦੇ ਉੱਤੇ ਬੰਦਗੀ ਕੀਤੀ। ਉਹਨਾਂ ਦਾ ਪਵਿੱਤਰ ਭੋਰਾ ਸਾਹਿਬ, ਉਹ ਗੁਰੂ ਲਾਧੋਰੇ ਜਿੱਥੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਗਟ ਹੋਏ ਅਤੇ ਉਹਨਾਂ ਨੇ ਜਗਤ ਜਲੰਧੇ ਨੂੰ ਉਤਾਰਿਆ। ਅੱਜ ਅਸੀਂ ਆਪਣੇ ਆਪ ਨੂੰ ਗੁਰਭਾਗੇ ਸਮਝਦੇ ਹਾਂ, ਸੰਤ ਗੁਰੂ ਨੇ ਕਿਰਪਾ ਕਰਕੇ ਮਿਹਰ ਕਰਕੇ ਆਪਣੇ ਇਸ ਸਥਾਨ 'ਤੇ ਇਸ ਧਰਤੀ ਦੇ ਉੱਤੇ ਪਹਿਲੀ ਵਾਰੀ ਅਸੀਂ ਅੱਖਾਂ ਦੇ ਨਾਲ ਇਸ ਧਰਤੀ ਨੂੰ ਦਰਸ਼ਨ ਕੀਤੇ ਆ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆ, ਅਰਦਾਸ ਅਤੇ ਹੁਕਮਨਾਮਾ ਸਰਵਣ ਕੀਤਾ। ਤੋ ਅਸੀਂ ਆਪਣੇ ਆਪ ਨੂੰ ਇਹ ਗੁਰਭਾਗੇ ਜਾਂ ਘੜੀਆਂ ਗੁਰਭਾਗਾ ਸਮਾਂ ਦੱਸਦੇ ਸਮਝਦੇ ਹਾਂ ਕਿ ਅੱਜ ਗੁਰੂ ਮਹਾਰਾਜ ਦੀ ਧਰਤੀ ਦੇ ਦਰਸ਼ਨ ਕੀਤੇ ਆ। ਸੋ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਸੋ ਸਾਲ ਸੁਹਾਵਾ। ਸੋ ਇਹ ਇੱਥੇ ਦੀ ਧੂੜ ਮੱਥੇ ਨੂੰ ਲਾਉਣ ਵਾਸਤੇ ਹਰ ਗੁਰਸਿੱਖ ਲੋਚਦਾ, ਅੱਜ ਉਹ ਨਸੀਬ ਹੋਈ ਆ। ਸਤਿਗੁਰ ਕਿਰਪਾ ਕਰਨ, ਮਿਹਰ ਕਰਨ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।